13 ਅਪ੍ਰੈਲ 1699 ਨੂੰ ਸਵੇਰ ਦੇ ਕੀਰਤਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਚਾਨਕ ਕਿਰਪਾਨ ਹੱਥ ਵਿੱਚ ਫੜ ਉੱਠ ਕੇ ਗਰਜਦੀ ਹੋਈ ਆਵਾਜ਼ ਵਿੱਚ ਬੋਲੇ, ਸਭ ਸੰਗਤ ਮੈਨੂੰ ਦਿਲੋਂ ਪਿਆਰੀ ਹੈ, ਪਰ ਕੀ ਕੋਈ ਗੁਰੂ ਦਾ ਸਿੱਖ ਹੈ ਜੋ ਇੱਥੇ ਅਤੇ ਹੁਣੇ ਮੈਨੂੰ ਆਪਣਾ ਸਿਰ ਦੇਵੇਗਾ? ਇਸ ਸਮੇਂ ਇੱਕ ਜ਼ਰੂਰਤ ਖੜੀ ਹੋ ਗਈ ਹੈ ਜੋ ਸਿਰ ਮੰਗਦੀ ਹੈ। ਇਹ ਸੁਣ ਕੇ ਸਾਰੀ ਸੰਗਤ ਵਿੱਚ ਸੰਨਾਟਾ ਪਸਰ ਗਿਆ। ਇੱਕ ਸਿੱਖ ਉੱਠ ਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਇਆ ਅਤੇ ਗੁਰੂ ਜੀ ਨਾਲ ਤੰਬੂ ਵਿੱਚ ਗਿਆ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਹੂ ਨਾਲ ਭਿੱਜੀ ਕਿਰਪਾਨ ਲੈ ਕੇ ਇਕੱਲੇ ਹੀ ਬਾਹਰ ਨਿਕਲੇ। ਫਿਰ ਗੁਰੂ ਸਾਹਿਬ ਨੇ ਇੱਕ ਹੋਰ ਸਿਰ ਮੰਗਿਆ। ਇਸੇ ਤਰ੍ਹਾਂ ਹੀ ਇੱਕ ਹੋਰ ਸਿੱਖ ਗੁਰੂ ਜੀ ਸਾਹਮਣੇ ਨਤਮਸਤਕ ਹੋਇਆ। ਵਾਰ ਵਾਰ ਗੁਰੂ ਜੀ ਨੇ 3 ਵਾਰ ਸਿਰ ਮੰਗਿਆ ਅਤੇ ਵਾਰੋ ਵਾਰੀ 3 ਸਿੱਖ ਕੁਰਬਾਨੀ ਲਈ ਅੱਗੇ ਆਏ। ਗੁਰੂ ਗੋਬਿੰਦ ਸਿੰਘ ਜੀ ਕੁਝ ਦੇਰ ਬਾਅਦ ਉਹਨਾਂ ਸਿੰਘਾਂ ਨਾਲ ਤੰਬੂ ਚੋਂ ਬਾਹਰ ਆਏ। ਆਪ ਸਭ ਨੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਕੇਸਰੀ ਰੰਗ ਦੇ ਚੋਲੇ ਪਾਏ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ 5 ਪਿਆਰਿਆਂ ਦੀ ਪਛਾਣ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਅਤੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਆਪ ਵੀ ਛਕ ਕੇ ਖਾਲਸੇ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦਾ ਭੇਦ ਖਤਮ ਕਰਨ ਲਈ 5 ਪਿਆਰਿਆਂ ਦੇ ਨਾਮ ਪਿੱਛੇ ਸਿੰਘ ਲਗਾ ਦਿੱਤਾ ਅਤੇ ਖਾਲਸੇ ਦੀਆਂ 5 ਨਿਸ਼ਾਨੀਆਂ ਕੇਸ, ਕੜਾ, ਕੰਘਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰਨ ਨੂੰ ਕਿਹਾ। ਆਓ ਉਹਨਾਂ ਭਾਗਾਂ ਵਾਲੇ 5 ਪਿਆਰਿਆਂ ਬਾਰੇ ਜਾਣਦੇ ਹਾਂ। ਭਾਈ ਦਇਆ ਸਿੰਘ ਜੀ। ਜਨਮ 1661 ਨੂੰ ਸਿਆਲਕੋਟ ਵਿਖੇ ਹੋਇਆ। ਅਕਾਲ ਚਲਾਣਾ 1708 ਨੂੰ ਨੰਦੇੜ ਵਿਖੇ ਪਾਇਆ। ਜੀਵਨੀ। ਆਪ 5 ਪਿਆਰਿਆਂ ਵਿੱਚੋਂ ਪਹਿਲੇ ਸਨ ਜੋ ਗੁਰੂ ਜੀ ਦੇ ਸਾਹਮਣੇ ਕੁਰਬਾਨੀ ਦੇਣ ਲਈ ਨਤਮਸਤਕ ਹੋਏ ਸਨ। ਆਪ ਨੇ ਗੁਰੂ ਜੀ ਨਾਲ ਭੰਗਾਣੀ ਅਤੇ ਚਮਕੌਰ ਦੀ ਲੜਾਈ ਵਿੱਚ ਬਹਾਦਰੀ ਨਾਲ ਜੰਗ ਲੜੀ। ਗੁਰੂ ਜੀ ਦੁਆਰਾ ਲਿਖਿਆ ਜਫ਼ਰਨਾਮਾ ਆਪ ਜੀ ਨੇ ਹੀ ਔਰੰਗਜ਼ੇਬ ਤੱਕ ਪਹੁੰਚਾਇਆ ਸੀ। ਆਪ ਅੰਤ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ। ਭਾਈ ਹਿੰਮਤ ਸਿੰਘ ਜੀ। ਜਨਮ 1661 ਨੂੰ ਜਗਨਨਾਥਪੁਰੀ ਵਿਖੇ ਹੋਇਆ। ਅਕਾਲ ਚਲਾਣਾ 22 ਦਸੰਬਰ 1705 ਨੂੰ ਚਮਕੌਰ ਦੀ ਗੜੀ ਵਿੱਚ ਪਾਇਆ। ਜੀਵਨੀ। ਆਪ 5 ਪਿਆਰਿਆਂ ਵਿੱਚੋਂ ਦੂਸਰੇ ਸਨ ਜੋ ਗੁਰੂ ਜੀ ਦੇ ਸਾਹਮਣੇ ਕੁਰਬਾਨੀ ਦੇਣ ਲਈ ਨਤਮਸਤਕ ਹੋਏ ਸਨ। ਆਪ 17 ਸਾਲ ਦੀ ਉਮਰ ਵਿੱਚ
ਸਭ ਕੁਝ ਛੱਡ ਕੇ ਅਨੰਦਪੁਰ ਸਾਹਿਬ ਗੁਰੂ ਜੀ ਦੀ ਸੇਵਾ ਵਿੱਚ ਆਣ ਜੁੜੇ ਸਨ। ਅੰਤ ਆਪ ਚਮਕੌਰ ਦੀ ਗੜੀ ਵਿੱਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮੋਕਮ ਸਿੰਘ ਜੀ ਜਨਮ 1663 ਨੂੰ ਦੁਆਰਕਾ ਵਿਖੇ ਹੋਇਆ। ਅਕਾਲ ਚਲਾਣਾ 22 ਦਸੰਬਰ 1705 ਨੂੰ ਚਮਕੌਰ ਦੀ ਗੜੀ ਵਿੱਚ ਪਾਇਆ। ਜੀਵਨੀ ਆਪ 5 ਪਿਆਰਿਆਂ ਵਿੱਚੋਂ ਤੀਸਰੇ ਸਨ ਜੋ ਗੁਰੂ ਜੀ ਦੇ ਸਾਹਮਣੇ ਕੁਰਬਾਨੀ ਦੇਣ ਲਈ ਨਤਮਸਤਕ ਹੋਏ ਸਨ। ਆਪ 1685 ਨੂੰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਆਣ ਜੁੜੇ। ਆਪ ਗਤਕਾ ਅਤੇ ਸ਼ਸਤਰ ਵਿਦਿਆ ਵਿੱਚ ਮਾਹਰ ਸਨ। ਅੰਤ ਆਪ ਚਮਕੌਰ ਦੀ ਗੜੀ ਵਿੱਚ ਬਹਾਦਰੀ ਨਾਲ ਲੜਦੇ ਹੋਏ ਭਾਈ ਹਿੰਮਤ ਸਿੰਘ ਜੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਭਾਈ ਧਰਮ ਸਿੰਘ ਜੀ ਜਨਮ 1666 ਨੂੰ ਹਸਤਿਨਾਪੁਰ ਵਿਖੇ ਹੋਇਆ। ਅਕਾਲ ਚਲਾਣਾ 1708 ਨੂੰ ਨੰਦੇੜ ਵਿੱਚ ਪਾਇਆ। ਜੀਵਨੀ ਆਪ 5 ਪਿਆਰਿਆਂ ਵਿੱਚੋਂ ਚੌਥੇ ਸਨ ਜੋ ਗੁਰੂ ਜੀ ਦੇ ਸਾਹਮਣੇ ਕੁਰਬਾਨੀ ਦੇਣ ਲਈ ਨਤਮਸਤਕ ਹੋਏ ਸਨ। ਆਪ ਜੀ ਨੇ 13 ਸਾਲ ਦੀ ਉਮਰ ਵਿੱਚ ਘਰ ਛੱਡਿਆ ਅਤੇ 1698 ਨੂੰ ਗੁਰੂ ਜੀ ਨਾਲ ਆਣ ਜੁੜੇ। ਆਪ ਗੁਰੂ ਜੀ ਦੇ ਕਹਿਣ ਤੇ ਸਿੱਖ ਜੱਥਾ ਲੈ ਕੇ ਬਹਾਦਰ ਸ਼ਾਹ ਦੀ ਮਦਦ ਲਈ ਜੈਜੋਂ ਦੀ ਲੜਾਈ ਵਿੱਚ ਸ਼ਾਮਲ ਹੋਏ। ਆਪ ਅਤੇ ਭਾਈ ਦਇਆ ਸਿੰਘ ਜੀ ਉਸ ਸਮੇਂ ਮੌਜੂਦ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਾਣ ਤਿਆਗੇ। ਆਪ ਜੀ ਨੇ ਵੀ ਅੰਤਿਮ ਸਵਾਸ ਨੰਦੇੜ ਵਿਖੇ ਲਏ। ਭਾਈ ਸਾਹਿਬ ਸਿੰਘ ਜੀ ਜਨਮ 1665 ਨੂੰ ਬਿਦਰ ਵਿਖੇ ਹੋਇਆ। ਅਕਾਲ ਚਲਾਣਾ 22 ਦਸੰਬਰ 1705 ਨੂੰ ਚਮਕੌਰ ਦੀ ਗੜੀ ਵਿੱਚ ਪਾਇਆ। ਜੀਵਨੀ ਆਪ 5 ਪਿਆਰਿਆਂ ਵਿੱਚੋਂ 5ਵੇਂ ਸਨ ਜੋ ਗੁਰੂ ਜੀ ਦੇ ਸਾਹਮਣੇ ਕੁਰਬਾਨੀ ਦੇਣ ਲਈ ਨਤਮਸਤਕ ਹੋਏ ਸਨ। ਅਨੰਦਪੁਰ ਦੀ ਜੰਗ ਦੌਰਾਨ ਆਪ ਗੁੱਜਰ ਫੌਜ ਦੇ ਸਰਦਾਰ ਜਮਾਤੁੱਲਾ ਦੇ ਸਿਰ ਤੇ ਸਿੱਧਾ ਨਿਸ਼ਾਨਾ ਲਾ ਕੇ ਬਹੁਤ ਨਾਮ ਖੱਟਿਆ। ਅੰਤ ਆਪ ਚਮਕੌਰ ਦੀ ਗੜੀ ਵਿੱਚ ਬਹਾਦਰੀ ਨਾਲ ਲੜਦੇ ਹੋਏ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਮੋਕਮ ਸਿੰਘ ਜੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰਨਾ।